ਤਾਂ ਕਿਸਾਨਾਂ ਨੇ ਅੱਜ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ। ਪੰਜਾਬ ਦੇ ਵਿੱਚ 50 ਥਾਵਾਂ ਤੇ ਰੇਲਾਂ ਰੋਕੀਆਂ ਜਾਣਗੀਆਂ। ਹਰਿਆਣਾ ਦੇ ਅੰਬਾਲਾ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਤਾਂ ਇਸੇ ਦੇ ਚੱਲਦਿਆਂ ਅੱਜ 50 ਥਾਵਾਂ ਤੇ ਰੇਲਾਂ ਨੇ ਜਿਹੜੀਆਂ ਰੋਕੀਆਂ ਜਾਣੀਆਂ ਨੇ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਨੇ ਦਿੱਲੀ ਕੂਚ ਕਰ ਰਹੇ ਨੇ। 50 ਥਾਵਾਂ ਤੇ ਰੇਲਾਂ ਰੋਕੀਆਂ ਜਾਣਗੀਆਂ ਪੰਜਾਬ ਭਰ ਦੇ ਵਿੱਚ। ਹਰਿਆਣਾ ਦੇ ਵਿੱਚ ਧਾਰਾ 144 ਲਾਗੂ ਹੈ ਤੇ ਦਿੱਲੀ ਦੇ ਬਾਰਡਰ ਤੇ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। MSP ਦੀ ਗਰੰਟੀ ਦਾ ਪ੍ਰਸਤਾਵ ਕਿਸਾਨਾਂ ਨੇ ਠੁਕਰਾ ਦਿੱਤਾ। 23 ਫਸਲਾਂ ਤੇ MSP ਗਰੰਟੀ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ। ਮੇਰੇ ਸਹਿਯੋਗੀ ਕਮਲ ਲਗਾਤਾਰ ਜੁੜੇ ਹੋਏ ਨੇ। ਕਮਲ, ਕੀ ਕੁਝ ਅਪਡੇਟਸ ਨੇ? ਬਿਲਕੁਲ, ਦੇਖੋ ਜਸਮੀਤ, ਖਾਸ ਤੌਰ ਤੇ ਕਿ ਕਿਸਾਨਾਂ ਵੱਲੋਂ 13 ਤਰੀਕ ਤੋਂ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਪੱਕੇ ਅੰਦੋਲਨ ਦਾ ਆਗਾਜ਼ 13 ਤਰੀਕ ਤੋਂ ਲਗਾਤਾਰ ਚੱਲ ਰਿਹਾ। ਅੱਜ ਉਸ ਅੰਦੋਲਨ ਦੇ ਤਹਿਤ ਕੁੱਝ ਘੰਟਿਆਂ ਵਾਸਤੇ ਜੋ ਕਹਿ ਸਕਦੇ ਟ੍ਰੇਨਾਂ ਨੇ ਰੋਕੀਆਂ ਜਾਣੀਆਂ। ਪੰਜਾਬ ਦੇ ਵਿੱਚ 50-60 ਥਾਵਾਂ ਤੇ ਟ੍ਰੇਨਾਂ ਰੋਕੀਆਂ ਜਾਣੀਆਂ। ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਕੁੱਝ ਥਾਵਾਂ ਤੇ, ਰਾਜਸਥਾਨ, ਉਸ ਤੋਂ ਇਲਾਵਾ ਯੂਪੀ, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਕਰਨਾਟਕਾ ਵਰਗੇ ਹੋਰ ਸੂਬਿਆਂ ਦੇ ਵਿੱਚ ਜਿਹੜੀਆਂ ਕਿ ਟ੍ਰੇਨਾਂ ਰੋਕੀਆਂ ਜਾਣਗੀਆਂ। ਹਾਲਾਂਕਿ ਇਸ ਸਮੇਂ ਦੌਰਾਨ ਜਿਹੜੀ ਲੋਕਾਂ ਨੂੰ ਖੱਜਲ ਖੁਆਰੀ ਕਰਨ ਦਾ ਜ਼ਰੂਰ ਦੇਖਣਾ ਪਵੇਗਾ ਕਿ ਲੋਕੀ ਖੱਜਲ ਹੋ ਸਕਦੇ ਨੇ, ਪਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ MSP ਤੇ ਕਾਨੂੰਨੀ ਗਰੰਟੀ ਚਾਹੀਦੀ ਆ, ਨਾ ਕਿ 5 ਫਸਲਾਂ। ਇੱਕ ਚੀਜ਼ ਹੋਰ ਜਾਣੀ ਚਾਹਾਂਗੇ ਕਿ ਕਿੰਨੇ ਘੰਟਿਆਂ ਦੇ ਲਈ ਇਹ ਜਾਮ ਹੈ ਜਿਹੜਾ, ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾਏਗਾ, ਤੇ ਕੀ ਇਸ ਨੂੰ ਲੈ ਕੇ RPF ਦਾ ਕੋਈ ਬਿਆਨ ਹੈ? ਕਿਉਂਕਿ ਖਬਰੇ ਆ ਰਹੀ ਹੈ ਕਿ RPF ਦਾ ਕਹਿਣਾ ਹੈ ਕਿ ਜਾਮ ਲਗਾਉਣ ਵਾਲਿਆਂ ਤੇ ਐਕਸ਼ਨ ਕੀਤਾ ਜਾਏਗਾ। ਦੇਖੋ, ਐਕਸ਼ਨ ਦਾ ਜ਼ਿਕਰ ਜਿਹੜਾ ਕੀ ਹੋ ਰਿਹਾ, ਪਰ ਜੇਕਰ ਸਮੇਂ ਦੀ ਗੱਲ ਕੀਤੀ ਜਾਵੇ ਵੀ 4 ਘੰਟੇ ਵਾਸਤੇ ਇਹ ਰੇਲਾਂ ਰੋਕੀਆਂ ਜਾਣਗੀਆਂ, 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਰੇਲ ਰੋਕੋ ਅੰਦੋਲਨ ਹੋਵੇਗਾ। ਹਾਲਾਂਕਿ ਬਿਆਨ ਕਦੋਂ ਐਕਸ਼ਨ ਦੇ ਵਿੱਚ ਤਬਦੀਲ ਹੁੰਦਾ, ਆਰਡਰਾਂ ਦੇ ਵਿੱਚ ਕਦੋਂ ਤਬਦੀਲ ਹੁੰਦਾ, ਇਹ ਕਹਿ ਸਕਦੇ 4 ਵਜੇ ਤੋਂ ਜਾਂ 12 ਵਜੇ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਫਿਲਹਾਲ ਦੀ ਘੜੀ ਦੇ ਵਿੱਚ ਕਹਿ ਸਕਦੇ ਕਿ ਕਿਸਾਨਾਂ ਵੱਲੋਂ 12 ਵਜੇ ਤੋਂ 4 ਵਜੇ ਤੱਕ ਆਪਣੀਆਂ ਮੰਗਾਂ ਸੰਬੰਧਿਤ ਮੰਗਾਂ ਨੂੰ ਲੈ ਕੇ ਇਹ ਜਿਹੜਾ ਕਿ ਰੇਲਾਂ ਰੋਕੀਆਂ ਜਾਣਗੀਆਂ, ਅਤੇ ਉਸਦੇ ਵਿੱਚ ਖਾਸ ਤੌਰ ਤੇ ਜਿੱਥੇ ਕਹਿ ਸਕਦੇ ਆ ਸੰਯੁਕਤ ਕਿਸਾਨ ਮੋਰਚਾ ਨੋਨ ਪੋਲੀਟੀਕਲ ਹੋਵੇ, ਚਾਹੇ ਕਹਿ ਸਕਦੇ ਆ ਸਰਵਨ ਸਿੰਘ ਭੰਦੇਰ ਹੋਰਾਂ ਦਾ ਗਰੁੱਪ ਹੋਵੇ, ਅਤੇ ਉਸ ਤੋਂ ਇਲਾਵਾ ਗ੍ਰਾਹਕ ਜਥੇਬੰਦੀ ਦੇ ਨਾਲ ਰੇਲਾਂ ਜਿਹੜੀਆਂ ਟਰੈਕਸ ਤੇ ਬੈਠ ਕੇ ਰੋਕੀਆਂ ਜਾਣਗੀਆਂ, ਜਾਂ ਫਿਰ ਰੇਲਵੇ ਸਟੇਸ਼ਨ ਤੇ ਹੀ ਕਿਸਾਨ ਬੈਠਣਗੇ ਜਾਂ ਟਰੈਕਸ ਤੇ ਬੈਠਣਗੇ? ਦੇਖੋ, ਕਈ ਥਾਵਾਂ ਤੇ ਰੇਲਵੇ ਸਟੇਸ਼ਨ ਜਿਹੜੇ ਕਿ ਨਜ਼ਦੀਕ ਨੇ ਉੱਥੇ ਕਿਸਾਨ ਰੇਲਵੇ ਸਟੇਸ਼ਨ ਤੇ ਬੈਠਣਗੇ, ਕਈ ਥਾਵਾਂ ਤੇ ਟਰੈਕ ਨੇ ਕਿਸਾਨ ਟਰੈਕ ਤੇ ਬੈਠਣਗੇ, ਜਾਣੀ ਕਿ ਕਿਸਾਨਾਂ ਦਾ ਕਹਿਣਾ ਕਿ ਅਸੀਂ ਅੱਜ 4 ਘੰਟੇ ਟ੍ਰੇਨ ਨਹੀਂ ਚੱਲਣ ਦੇਵਾਂਗੇ, ਤੇ ਚੱਕਾ ਜਾਮ ਕਰਕੇ ਇੱਕ ਅਸੀਂ ਆਪਦਾ ਪ੍ਰਤੀਕ ਜਿਹੜਾ ਕਿ ਪ੍ਰਦਰਸ਼ਨ ਕਰਾਂਗੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਮਲ, ਤਮਾਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਤੁਸੀਂ ਇਸ ਖਬਰ ਤੇ ਰਹਿਣਾ, ਅਸੀਂ ਅਪਡੇਟਸ ਤੁਹਾਡੇ ਤੋਂ ਲੈਂਦੇ ਰਹਾਂਗੇ। ਫਿਲਹਾਲ ਦੇ ਲਈ ਸ਼ੁਕਰੀਆ।